بسم اللہ الرحمن الرحیم ਤੇ ਅਸਲਾਮ ਵਾਲੇਕਮ ਅੱਜ ਦੇ ਪੰਜਾਬੀ ਵੀਲੌਗ ਚ ਸੱਜਣਾ ਮਿੱਤਰਾ ਭੈਣਾ ਭਰਾਵਾਂ ਤੇ ਮਾਵਾਂ ਨੂੰ ਜੀ ਆਇਆਂ ਨੂੰ ਅੱਜ ਦੀ ਗੱਲ ਹੈ ਜਵੇਦ ਚੌਧਰੀ ਸਾਹਿਬ ਤੇ ਸੋਸ਼ਲ ਮੀਡੀਆ ਤੇ ਠੁਕਾਈ ਜੇਦਾ ਜੀ ਨੇ ਇੱਕ ਨਵਾਂ ਬਿਆਨ ਛੱਡਿਆ ਇਹ ਕੋਈ ਨਵੀਂ ਗੱਲ ਨਹੀਂ ਕਿ ਉਹ ਇਹੋ ਜਿਹੇ ਬਿਆਨ ਛੱਡਦੇ ਨੇ ਪਹਿਲਾਂ ਤੇ ਤੁਹਾਨੂੰ ਉਹਨਾਂ ਦਾ ਬਿਆਨ ਸੁਣਾਵਾਵਾਂਗੇ ਤੇ ਫਿਰ ਇਸ ਗੱਲ ਤੇ ਚਾਨਣ ਪਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜੇਦਾਜੀ ਤੇ ਉਹਨਾਂ ਅਰਗੇ ਦੂਜੇ ਜਿਹੜੇ ਦੋਸਤ ਨੇ ਉਹਨਾਂ ਨੂੰ ਜਦੋਂ ਪਤਾ ਹੁੰਦਾ ਵੀ ਇਹੋ ਜਿਹੇ ਬਿਆਨਾਂ ਦੇ ਉੱਤੇ ਉਹਨਾਂ ਦੀ ਠਕਾਈ ਵੀ ਹੋਣੀ ਹੈ ਢਲਾਈ ਵੀ ਹੋਣੀ ਹੈ ਤੇ ਇੱਜ਼ਤ ਅਫਜ਼ਾਈ ਵੀ ਹੋਣੀ ਹੈ ਫੇਰ ਵੀ ਕੀ ਉਹ ਆਦਤ ਤੋਂ ਮਜਬੂਰ ਨੇ ਜਾਂ ਕਿਸੇ ਹੋਰ ਕੰਮ ਦੀ ਵਜ੍ਹਾ ਤੋਂ ਮਜਬੂਰ ਨੇ ਕਿ ਇਹੋ ਜਿਹੇ ਬਿਆਨ ਦਿੰਦੇ ਨੇ ਇਹਦੇ ਨਾਲ ਨਾਲ ਅੱਜ ਅਸੀਂ ਇਹ ਵੀ ਗੱਲ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸੋਸ਼ਲ ਮੀਡੀਆ ਹੈ ਕੀ ਤੇ ਇਹਦੇ ਪਿੱਛੇ ਸਾਰੇ ਹੀ ਹੱਥ ਧੋ ਕੇ ਤੇ ਲੱਠ ਲੈ ਕੇ ਪੈ ਕਿਉਂ ਗਏ ਨੇ ਜੇ ਚੌਈ ਨਿਜ਼ਾਮਦੀਨ ਨੂੰ ਵੇਖੀਏ ਤੇ ਉਹ ਵੀ ਆਂਦਾ ਵੀ ਸੋਸ਼ਲ ਮੀਡੀਆ ਤੋਂ ਵੱਡਾ ਸ਼ੈਤਾਨੀ ਕੰਮ ਕੋਈ ਹੈ ਨਹੀਂ ਇਹ ਸ਼ੈਤਾਨੀ ਕੰਮ ਹੈ ਤੇ ਤੋਂ ਦੂਰ ਰਹੋ ਚੌਈ ਨਿਜ਼ਾਮਦੀਨ ਵੀ ਤੁਹਾਨੂੰ ਬਾਰ-ਬਾਰ ਇਹੀ ਦੱਸਦਾ ਹੈ ਕਿ ਸੋਸ਼ਲ ਮੀਡੀਆ ਚੰਗੀ ਸ਼ੈ ਨਹੀਂ ਤੇ ਅਸੀਂ ਇਹਨੂੰ ਬੰਦ ਕਰ ਦੇਣਾ ਹੈ ਤੇ ਅਸੀਂ ਤੁਹਾਨੂੰ ਫਿੱਟ ਕਰ ਦੇਣਾ ਹੈ ਤੇ ਲਾਠੀ ਫੇਰਨੀ ਹੈ ਤੇ ਇਹ ਕਰਨਾ ਤੇ ਉਹ ਕਰਨਾ ਤੇ ਇਹ ਵੇਖਿਆ ਵੀ ਅਸੀਂ ਕਿ ਚੌਧਰੀ ਨਿਜ਼ਾਮਦੀਨ ਲੱਠ ਲੈ ਕੇ ਸੋਸ਼ਲ ਮੀਡੀਆ ਵਾਲੇ ਮੁੰਡਿਆਂ ਦੇ ਮਗਰ ਪਿਆ ਤੇ ਜਿਨਨੇ ਕੋਈ ਟਵੀਟ ਕਰ ਛੜਿਆ ਫੇਸਬੁੱਕ ਤੇ ਕੋਈ ਸ਼ੈ ਲਾ ਛੜੀ ਕੋਈ ਛੋਟੀ ਮੋਟੀ ਵੀਡੀਓ ਜਾਰੀ ਕਰ ਛੜੀ ਉਹਨੂੰ ਚੁੱਕ ਕੇ ਤੇ ਉਹਦਾ ਸਾਫਟਵੇਅਰ ਪਹਿਲਾਂ ਅਪਡੇਟ ਕੀਤਾ ਕਟਮਾਰ ਕੀਤੀ ਉਹਦੇ ਨਾਲ ਜਿਹੜੀ ਬੇਸ਼ਰਮੀ ਕਰਨੀ ਸੀ ਉਹ ਕਰਨ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਕੋਲੋਂ ਬਿਆਨ ਜਾਰੀ ਕਰਵਾਏ ਕਿਸੇ ਕੋਲੋਂ ਸਟੈਂਪ ਪੇਪਰ ਲਖਵਾਏ ਤੇ ਇਹ ਕੰਮ ਤੇ ਕੀਤਾ ਚੌਹੀ ਨਿਜ਼ਾਮਦੀਨ ਨੇ ਦੂਜੇ ਪਾਸੇ ਅਗਰ ਵੇਖੋ ਤੇ ਨੂਨ ਲੀਗ ਵੀ ਇਹੀ ਗੱਲ ਕਰਦੀ ਹੈ ਨੂੰਨ ਲੀਗ ਵੀ ਆਂਦੀ ਏ ਕਿ ਭਈ ਸੋਸ਼ਲ ਮੀਡੀਆ ਜਿਹੜਾ ਨਾ ਉਹ ਚੰਗਾ ਨਹੀਂ ਤੇ ਇੱਥੇ ਬਦਤਮੀਜ਼ੀ ਹੁੰਦੀ ਏ ਤੇ ਸਾਡਾ ਕਲਚਰ ਖਰਾਬ ਕਰ ਛੜਿਆ ਤੇ ਸਾਡਾ ਇਹ ਕਰ ਛੜਿਆ ਤੇ ਉਹ ਕਰ ਛੜਿਆ ਇਹ ਗੱਲਾਂ ਨੂੰਨ ਲੀਗ ਕਰਦੀ ਏ ਮਤਲਬ ਕਲਚਰ ਜਿਹੜੀ ਲੁੱਟਮਾਰ ਕਰੋ ਉਹਦੇ ਨਾਲ ਕਲਚਰ ਬਿਲਕੁਲ ਠੀਕ ਹੁੰਦਾ ਹੈ ਮਾਡਲ ਟਾਊਨ ਦੇ ਵਿੱਚ ਹਮਲਾ ਔਰਤਾਂ ਦੇ ਮੂੰਹਾਂ 'ਚ ਗੋਲੀਆਂ ਮਾਰੋ ਉਦਣਾ ਕਲਚਰ ਬਿਲਕੁਲ ਠੀਕ ਹੁੰਦਾ ਹੈ ਬੇਨਜ਼ੀਰ ਪੁੱਟੋ ਸ਼ਹੀਦ ਸਾਹਿਬਾ ਜਿਹੜੀਆਂ ਨੇ ਉਹਨਾਂ ਦੀਆਂ والدہ ਮਰੂਮਾਂ Nusrat Putto ਸਾਹਿਬਾ ਉਹਨਾਂ ਦੀਆਂ ਜਾਲੀ ਨੰਗੀਆਂ ਤਸਵੀਰਾਂ ਜਿਹੜੀਆਂ ਨੇ ਗੰਧੀਆਂ ਨੰਗੀ ਨੰਗੀਆਂ ਜਾਲੀ ਤਸਵੀਰਾਂ ਹੈਲੀਕਾਪਟਰ ਤੋਂ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਸੁੱਟੋ ਉਦਣਾ ਕਲਚਰ ਬਿਲਕੁਲ ਠੀਕ ਹੁੰਦਾ ਹੈ ਮਖਾਲਫਾਂ ਦੀ ਕਿਰਦਾਰ ਕਸ਼ੀ ਕਰੋ ਉਦਣਾ ਕਲਚਰ ਬਿਲਕੁਲ ਠੀਕ ਹੁੰਦਾ ਹੈ ਸੁਪਰੀਮ ਕੋਰਟ ਦੇ ਉੱਤੇ ਚੜ ਦੌੜੋ ਜੱਜਾਂ ਨੂੰ ਉੱਥੋਂ ਭਜਾ ਦਿਓ ਮਾਰੋ ਕੁੱਟੋ ਛਾਂਗਾ ਮਾਂਗਾ ਦੇ ਵਿੱਚ ਜਿਹੜੇ ਲੋਕੀ ਨੇ ਉਹਨਾਂ ਨੂੰ ਆਪਣਾ ਜਿਹੜਾ ਖਰੀਦ ਫਰੋਖਤ ਕਰੋ ਗਟਰਾਂ ਦੇ ਢੱਕਣ ਤੱਕ ਵੇਚ ਕੇ ਜਾਂ ਪਗੜਾ ਕੇ ਯਾ ਰੇਲਵੇ ਦੀਆਂ ਪਟੜੀਆਂ ਤੇ ਇੰਜਨ ਹਰ ਸ਼ੈ ਪਗੜਾ ਕੇ ਇਤਫਾਕ ਫਾਉਂਡਰੀ ਦੇ ਵਿੱਚ ਤੇ ਅਮੀਰ ਹੋਈ ਜਾਓ ਸਾਰਾ ਮਾਲ ਲੁੱਟ ਕੇ ਤੇ ਉੱਥੇ ਜਾ ਕੇ ਲੰਡਨ ਆਪਣੇ ਅਪਾਰਟਮੈਂਟ ਬਣਾ ਲਓ ਜੇ ਇਸ ਵੇਲੇ ਕੋਈ ਪੁੱਛੇ ਤੇ ਖਾਲੀ ਕਾਗਜ਼ ਅਸੈਂਬਲੀ 'ਚ ਦੇ ਕੇ ਆਖੋ ਹਜ਼ੂਰ ਇਹ ਹੈ ਵਜ਼ਰਾਏ ਉਸ ਤੋਂ ਬਾਅਦ ਜੇ ਅਦਾਲਤ ਪੁੱਛੇ ਕਿ ਭਈ ਪਤੰਦਰਾ ਉਹ ਤੇ ਕਾ ਜਿਹੜੇ ਕਾਗਜ਼ ਹੀ ਖਾਲੀ ਸੀ ਸੱਚੀ ਗੱਲ ਦੱਸ ਤੇ ਫੇਰ ਆਖਣ ਕਿ ਨਹੀਂ ਉਹ ਸਾਡਾ ਜਿਹੜਾ ਦਾਦਾ ਬਾਬਾ ਮਰ ਗਿਆ ਸੀ ਉਹਨੂੰ ਫਲਾਣੇ ਦੇ ਦਾਦੇ ਬਾਬੇ ਨੇ ਤੋਹਫਾ ਦਿੱਤਾ ਸੀ ਤੇ ਉਹ ਪੈਸੇ ਉਂਠਾਂ ਦੇ ਰੱਖ ਕੇ ਤੇ ਅਸੀਂ ਲੈ ਗਏ ਸਨ ਲੰਡਨ ਤੇ ਉੱਥੋਂ ਅਪਾਰਟਮੈਂਟ ਖਰੀ ਤੇ ਟੱਬਰ ਚੋ ਇੱਕ ਆਖੇ ਅਪਾਰਟਮੈਂਟ ਸਾਡੇ ਨੇ ਤੇ ਇੱਕ ਆਖੇ ਸਾਡੇ ਨਹੀਂ ਤੇ ਉਹ ਜਿਹੜੀ ਧੀ ਹੈ ਸਾਡੀ ਭੈਣ ਹੈ ਬਾਜੀ ਮਰੀਮ ਆਉਂਦੀ ਹੈ ਮੈਂ ਤੇ ਮਸਕੀਨ ਜੀ ਹੈਗੀ ਪਿਓ ਦੇ ਘਰ ਰਹਿਨੀ ਹੈ ਮੇਰਾ ਤੇ ਕੋਈ ਲੈਣਾ ਦੇਣਾ ਕੋਈ ਨਹੀਂ ਬੰਦਾ ਮੇਰਾ ਵਜ਼ੀਫੇ ਤੇ 1500 ਰਿਆਲ ਦੇ ਉੱਤੇ ਤੇ ਸਾਡੇ ਪੱਲੇ ਤੇ ਦੋਵਾਂ ਬੁੱਢੀ ਬੰਦੇ ਦੇ ਹੈ ਕੁਝ ਨਹੀਂ ਮੇਰੀ ਤੇ ਲੰਡਨ ਤੇ ਕੀ ਪਾਕਿਸਤਾਨ ਚ ਵੀ ਕੋਈ ਪ੍ਰਾਪਰਟੀ ਨਹੀਂ ਦੋਆਂ ਖਸਾਲਾਂ ਬਾਅਦ ਅਰਬਾਂ ਰੁਪਏ ਦੀ ਪ੍ਰਾਪਰਟੀ ਪਾਕਿਸਤਾਨ ਚ ਨਿਕਲ ਆਉਂਦੀ ਹੈ ਇਹਦੇ ਨਾਲ ਕਲਚਰ ਬਿਲਕੁਲ ਠੀਕ ਹੋ ਰਿਹਾ ਸੀ ਸੋਸ਼ਲ ਮੀਡੀਆ ਨਾਲ ਹੀ ਖਰਾਬ ਹੋਇਆ ਬਿਲਕੁਲ ਅੱਛਾ ਇਹ ਪਿੱਛੇ ਰਹਿ ਗਏ ਸਨ ਜਿਹੜਾ ਹੁਣ ਪੀਪਲਜ਼ ਪਾਰਟੀ ਵੀ ਆ ਗਈ ਹੈ ਉਹਨਾਂ ਦਾ ਸੈਨੇਟਰ ਬਹਿਰਾਮੰਦ ਤੰਗੀ ਪਤਾ ਨਹੀਂ ਤੁੰਗੀ ਸਾਹਿਬ ਨੇ ਕਿ ਤੰਗੀ ਸਾਹਿਬ ਨੇ ਇਹ ਮੈਨੂੰ ਨਹੀਂ ਪਤਾ ਲੇਕਿਨ ਕੰਮ ਉਹਨਾਂ ਨੇ ਹੀ ਕੀਤਾ ਹੈ ਕਿ ਜਿੱਦ ਤੋਂ ਪਤਾ ਲੱਗਾ ਵੀ ਉਹਨਾਂ ਨੂੰ ਬੜੀ ਤੰਗੀ ਹੈ ਉਹਨਾਂ ਸੋਸ਼ਲ ਮੀਡੀਆ ਬੰਦ ਕਰਾਉਣ ਵਾਸਤੇ ਇੱਕ ਉਨਾ ਰੈਜ਼ੋਲੂਸ਼ਨ ਪਾ ਦਿੱਤੀ ਏ ਇੱਕ ਤਹਿਰੀਕ ਲੈ ਕੇ ਆ ਗਏ ਨੇ ਸੈਨੇਟ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਕਿ ਜੀ YouTube ਆਪਣਾ Twitter TikTok ਹਰ ਸ਼ੈ ਬੰਦ ਕਰ ਦਿਓ ਮਤਲਬ ਜਿੱਥੋਂ ਜਿੱਥੋਂ ਆਵਾਮ ਦਾ ਕੋ ਮਾੜਾ ਚੰਗਾ ਸਾਹ ਨਿਕਲਦਾ ਕੋਈ ਗੱਲ ਕਰਦੇ ਨੇ ਨਾ ਉਹ ਬੰਦ ਕਰ ਦਿਓ ਇਹ ਅੱਜ ਸਮਝਣ ਦੀ ਕੋਸ਼ਿਸ਼ ਮੈਂ ਕਰਨਾ ਚਾਹ ਰਿਹਾ ਆ ਸਾ ਤੁਹਾਡੇ ਨਾਲ ਗੱਲ ਸਾਂਝੀ ਕਰਕੇ ਕਿ ਹੈ ਕੀ ਰੌਲਾ ਕੀ ਏ ਕਿਉਂ ਪਿੱਛੇ ਪੈ ਗਏ ਨੇ ਸਾਰੇ ਸੋਸ਼ਲ ਮੀਡੀਆ ਦੇ ਤੁਸੀਂ ਆਖਣ ਕੀ ਡਏ ਜੇ ਸੋਸ਼ਲ ਮੀਡੀਆ ਵਾਲੇ ਇਹ ਮੁੰਡੇ ਖੁੰਡੇ ਤੇ ਕਰਦੇ ਹੀ ਸਨ ਉਹਨੇ ਬਾਬਿਆਂ ਦੇ ਹੱਥੇ ਵੀ ਸੋਸ਼ਲ ਮੀਡੀਆ ਚੜਿਆ ਪਿੰਡਾਂ ਦੇ ਵਿੱਚ ਐ ਹੁਣ ਸ਼ਕੂਰ ਹਸਣ ਡਿਆ ਮੇਰੀ ਗੱਲ ਸੁਣ ਕੇ ਤੇ ਇਹਦੇ ਨਾਲ ਰਫੀਕ ਬੈਠਾ ਉਹਦੇ ਵੀ ਦੰਦ ਨਿਕਲ ਡਏ ਨੇ ਇਸ ਗੱਲ ਤੇ ਪੁੱਤਰ ਗੱਲ ਇਹ ਵੀ ਤੁਸੀਂ ਕੋਈ ਐਸਾ ਕੰਮ ਕੀਤਾ ਮੇਰਾ ਖਿਆਲ ਕੀਤਾ ਜਿਦ ਤੂੰ ਇਹ ਸਾਰੇ ਜਿਹੜੇ ਨਾ ਇਹ ਭਾਂਬੜਵਾਲ ਪੈਨੇ ਇਹਨਾਂ ਦੇ ਅੱਗੇ ਲੇਕਿਨ ਇਹ ਤੁਹਾਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਅੱਜ ਕਰਾਂਗਾ ਵੀ ਇਹ ਰੌਲਾ ਕੀ ਹੈ ਐ ਪਹਿਲਾਂ ਜ਼ਰਾ ਜਵੇਦ ਚੌਧਰੀ ਸਾਹਿਬ ਦਾ ਬਿਆਨ ਸੁਣੋ उस तो बाद मैं दस दूसरे सोशल मीडिया के मगर सारे पाए क्यों ने काजी साहब ये जो नए लोग लेके आए हैं खान साहब और उसमें तो बहुत सारे ऐसे लोग हैं जो बिल्कुल कर नहीं है वो कभी कभी कौमी असम्बली या सुबाई असेंबली गए ही नहीं उन्हें पता ही नहीं कि उसके अंदर प्रोसीजर्स क्या होता है बस उन्होंने एक फैसला किया कि दे दो जिस जिसने टिकट मांगा है दो सौ सत्तर टिकट जारी कर दो सौ सत्तर टिकट जारी हो गए और वो लोग इलेक्ट होके आगे हुए हैं तो वो यहां पे क्या करेंगे सर आप इसका मतलब आपने खेल बना लिया है ना असेंबली को भी ਤੁਸੀਂ ਸੁਣਿਆ ਕਿ ਜਵੇਦ ਚੌਧਰੀ ਸਾਹਿਬ ਨੇ ਫਰਮਾਇਆ ਇਹ ਹੈ ਕਿ ਇਹ ਜਿਹੜੀ Imran Khan ਸਾਹਿਬ ਨੇ ਨਾ ਇਹਨਾਂ ਨੇ ਤਾਂ ਤਜਰਬੇਕਾਰ ਬੰਦਿਆਂ ਨੂੰ ਟਿਕਟਾਂ ਨਹੀਂ ਦਿੱਤੀਆਂ ਤੇ ਨੌਨ ਲੀਗ ਦੇ ਵਿੱਚ ਦੇ ਤਜਰਬੇਕਾਰ ਬੰਦੇ ਨੇ ਸਾਰੇ ਤੇ ਇਹ ਜਿਹੜੇ Imran Khan ਸਾਹਿਬ ਨੇ ਤਜਰਬੇਕਾਰ ਬੰਦਿਆਂ ਨੂੰ ਟਿਕਟਾਂ ਨਹੀਂ ਦਿੱਤੇ ਬੜਾ ਜ਼ੁਲਮਕਰ ਛੜਿਆ ਹੁਣ ਇਹ ਜਿਸ ਵੇਲੇ ਤੁਸੀਂ ਉਹਨਾਂ ਦਾ ਬਿਆਨ ਸੁਣਦੇ ਹੋ ਨਾ ਤੇ ਬਿਆਨ ਸੁਣ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਦੇ ਉੱਤੇ ਜਿਹੜੀ ਹੈ ਨਾ ਉਹ ਸੋਸ਼ਲ ਮੀਡੀਆ ਤੇ ਬੰਦੇ ਦਾ ਲਿੱਤਰ ਪੌਲਾ ਹੋਣਾ ਹੈ ਲਿੱਤਰ ਪੌਲਾ ਦਾ ਮਤਲਬ ਇਹ ਵੀ ਸੋਸ਼ਲ ਮੀਡੀਆ ਤੇ ਲੋਕੀ ਤਨਕੀਦ ਕਰਨਗੇ ਪੰਜਾਬੀ ਚ ਮੈਂ ਛਤਰੋਲ ਜਾਂ ਲਿੱਤਰ ਪੌਲਾ ਆਸੀ ਆਖਦੇ ਨੇ ਇਹਦਾ ਮਤਲਬ ਕੋ ਸੋਸ਼ਲ ਮੀਡੀਆ ਦੇ ਉੱਤੇ ਕੋ ਲਿੱਤਰਨਾ ਕਿਸੇ ਬੰਦੇ ਦਾ ਲਿੱਤਰ ਪੌਲਾ ਨਹੀਂ ਹੁੰਦਾ ਜੇ ਕੋਈ ਭੈੜੀ ਗੱਲ ਕਰਦਾ ਤੇ ਲੋਕੀ ਉਹਦੇ ਉੱਤੇ ਦੱਸਦੇ ਨੇ ਕਿ ਬਈ ਤੂੰ ਝੂਠ ਮਾਰਨ ੜਿਆ ਹੁਣ ਇਹ ਪਤਾ ਤੇ ਹੈ ਜਬ ਇਹ ਚੌਧਰੀ ਸਾਹਿਬ ਨੂੰ ਕਿ ਮੈਂ ਇੱਕ ਖੱਛ ਮਾਰਨ ੜਿਆ ਮੇਰੀ ਤਰਪਾਈ ਹੋਣੀ ਹੈ ਇਸ ਤੋਂ ਬਾਅਦ ਕਿਵੇਂ ਪਤਾ ਹੈ ਕਿਉਂਕਿ ਜਵੇਦ ਚੌਧਰੀ ਸਾਹਿਬ ਨੇ ਇਸ ਤੋਂ ਪਹਿਲਾਂ ਇੱਕ ਬਿਆਨ ਛੱਡਿਆ ਸੀ ਜਿਹਦੇ ਚ ਉਹਨਾਂ ਇਹ ਆਖਿਆ ਸੀ ਕਿ ਇਹ ਜਿਹੜੇ ਟਵਿੱਟਰ ਦੇ ਉੱਤੇ ਟਵੀਟ ਹੁੰਦੇ ਨੇ ਤੇ 트ੈਂਡ ਬਣਦੇ ਨੇ ਤੇ ਇੰਨੀ ਦੁਨੀਆ ਇਮਰਾਨ ਖਾਨ ਦੀ ਗੱਲ ਕਰਦੀ ਏ ਇਹ ਬੁਨਿਆਦੀ ਤੌਰ ਤੇ ਇਹਨਾਂ ਕੋਲ ਇੱਕ ਮਸ਼ੀਨ ਹੈ ਇਹਨਾਂ ਦੇ ਕੋਲ ਇੱਕ ਸਿਸਟਮ ਹੈ ਜਿਹਦੇ ਥਰੂ ਇਹ ਪੈਸੇ ਦਿੰਦੇ ਨੇ ਰੁਪਈਏ ਦਿੰਦੇ ਨੇ ਫੀ ਟਵੀਟ ਪਤਾ ਨਹੀਂ ਕਿੰਨੇ 100 ਰੁਪਈਆ ਤੇ ਉਹ ਟਵੀਟ ਕਰਵਾਉਂਦੇ ਨੇ ਬੱਚਿਆਂ ਦੇ ਕੋਲੋਂ ਤੇ ਇਹਨਾਂ ਟੀਮਾਂ ਰੱਖੀਆਂ ਨੇ ਤੇ ਉਹ ਟਵੀਟ ਪਾਉਂਦੇ ਨੇ ਤੇ ਉਹਨਾਂ ਨੂੰ ਪੈਸੇ ਦਿੰਦੇ ਨੇ ਫੀ ਟਵੀਟ ਦੇ ਤੇ ਉਹ ਟਵੀਟ ਕਰਦੇ ਨੇ ਤੇ ਉਸ ਤੋਂ ਬਾਅਦ ਜਨਾਬੇ ਵਾਲਾ ਉਹ ਟਵਿੱਟਰ ਦੇ ਉੱਤੇ 트ੈਂਡ ਬਣ ਜਾਂਦਾ ਤੇ ਗੱਲ ਫੈਲ ਜਾਂਦੀ ਤੇ ਇਮਰਾਨ ਖਾਨ ਰੁਪਈਏ ਦੇ ਕੇ ਸੋਸ਼ਲ ਮੀਡੀਆ ਮੈਨੇਜ ਕਰ ਰਿਹਾ ਸਾਡੇ ਜਿਹੜੇ ਮਹਾਤਮਾ ਸਾਹਿਬ ਨੇ ਸਾਊਥ ਪੰਜਾਬ ਦੇ ਜਨਾਬ rauful khasra ਸਾਹਿਬ ਉਹਨਾਂ ਵੀ ਕੋ ਇਹੋ ਜੀ ਗੱਲ ਕੀਤੀ ਸੀ ਤੇ ਉਹਨਾਂ ਆਖਿਆ ਸੀ ਕਿ ਇਹਨਾਂ ਦੇ ਕੋਲ ਇੱਕ ਮਸ਼ੀਨ ਹੈ ਉਹਦੇ ਵਿੱਚ ਪਾਉਂਦੇ ਨੇ ਤੇ ਟਟਟਟਟਟਟ ਇਹੋ ਜੀ ਕੋ ਉਹਨਾਂ ਨੇ ਆਵਾਜ਼ ਵੀ ਕੱਢੀ ਸੀ ਉਹਨਾਂ ਆਖਿਆ ਫਿਰ ਉਹ ਹੁੰਦਾ ਤੇ ਫਿਰ ਟਵਿੱਟਰ ਦੇ ਉੱਤੇ ਕੰਮ ਫੈਲ ਜਾਂਦਾ acha khair ਜਵੇਦ ਚੌਧਰੀ ਸਾਹਿਬ ਦੀ ਹੋਈ ਜਨਾਬ ਫਿਰ ਲਿੱਤਰ ਪੌਲਾ ਹੋਇਆ ਸੋਸ਼ਲ ਮੀਡੀਆ ਤੇ ਮੈਂ ਦੁਬਾਰਾ ਰਿਪੀਟ ਕਰ ਦਿਆਂ ਫਿਰ ਲਿੱਤਰ ਪੌਲੇ ਦਾ ਮਤਲਬ ਇੱਥੇ ਪੰਜਾਬੀ ਦੇ ਵਿੱਚ ਇਹ ਹੈ ਕਿ ਉਹਨਾਂ ਦੇ ਉੱਤੇ تنਕੀਦ ਹੋਈ ਠੀਕ ਹੈ ਨਾ ਇਹ ਸਾਡਾ ਇੱਕ ਐਕਸਪ੍ਰੈਸ਼ਨ ਹੈ ਲਿੱਤਰ ਪੌਲਾ ਇਹਦਾ ਮਤਲਬ ਲਿੱਤਰ ਪੌਲਾ ਨਹੀਂ ਹੈ ਪੰਜਾਬੀ ਚ ਲਿੱਤਰ ਪੌਲਾ ਜਦੋਂ ਕਿਸੇ ਬੰਦੇ ਦੇ ਕਿਸੇ ਭੈੜੇ ਕੰਮ ਨੂੰ ਆਖੋ ਵੀ ਭਾਈ ਤੂੰ ਐ ਖੱਛ ਮਾਰੀ ਹੈ ਨਾ ਕਰ ਯਾਰ ਇਸੇ ਗੱਲ ਨੂੰ ਲਿੱਤਰ ਪੌਲਾ ਆਖਿਆ ਜਾਂਦਾ ਤੇ ਜਵੇਦ ਚੌਧਰੀ ਸਾਹਿਬ ਦਾ ਲਿੱਤਰ ਪੌਲਾ ਹੋਇਆ ਸੋਸ਼ਲ ਮੀਡੀਆ ਤੇ ਉਹਨਾਂ ਦੀ ਬਿਜਤੀ ਬੜੀ ਹੋਈ ਹੁਣ ਉਹ ਨਾ ਇੱਕ ਥੋੜੇ ਦਿਨ ਪਹਿਲਾਂ ਬਿਆਨ ਛੱਡਿਆ ਆਪਣੇ ਆਪ ਨੂੰ ਜ਼ਰਾ ਕਵਰ ਕਰਨ ਵਾਸਤੇ ਕਿਉਂਕਿ ਵੋਟ ਇਨਾ ਪੈ ਗਿਆ Imran Khan ਨੂੰ ਹੋਰ ਹੁਣ ਇਹ ਤੇ ਕੋਈ ਨਹੀਂ ਸੀ ਆਖ ਸਕਦਾ ਕਿ ਇਹ ਵੋਟ ਵੀ ਟਟਟਟਟਟ ਕਰਕੇ ਕੰਪਿਊਟਰ ਦੇ ਵਿੱਚੋਂ ਪਿਆਇਆ ਜੇ ਇਹ ਆਵਾਜ਼ ਹੋਣਾ ਇੱਕ ਡਿੱ ਸੀ ਮੈਂ ਤੇ ਨਹੀਂ ਸੀ ਡਿੱ ਤੇ ਇਹ ਵੋਟ ਤੇ ਫਿਰ ਲੋਕਾਂ ਸਹੀ ਪਾਇਆ ਜ਼ਾਰੀ ਗੱਲ ਹੈ ਔਰ ਜੇਸਵਲੇ ਜਵੇਦ ਚੌਧਰੀ ਸਾਹਿਬ ਨੂੰ ਨਜ਼ਰ ਆਇਆ ਕਿ ਵੋਟ ਵੀ ਪੈ ਗਿਆ ਲਿੱਤਰ ਪੋਲਾ ਮੇਰਾ ਆਇਆ ਤੇ ਉਹਨਾਂ ਹੁਣੇ ਆਪਣਾ ਬਿਆਨ ਬਦਲ ਕੇ ਆਖਿਆ ਹੈ ਕਿ ਇਮਰਾਨ ਖਾਨ ਦੇ ਵੌਲੰਟੀਅਰ ਨੇ ਸੋਸ਼ਲ ਮੀਡੀਆ ਪੈਸਿਆਂ ਵਾਲੀ ਗੱਲ ਮੁਕਾਤੀ ਕਿ ਪੈਸਿਆਂ ਨਾਲ ਕਰਦੇ ਨੇ ਉਹ ਮੰਨ ਗਏ ਤੇ ਸੋਸ਼ਲ ਮੀਡੀਆ ਦੀ ਪਹਿਲਾਂ ਤੇ ਤਾਕਤ ਨੂੰ ਸਮਝੋ ਕਿ ਜੇਦਾ ਜੀ ਅਰਗਾ ਬੰਦਾ ਜਿਹਦਾ ਕੰਮ ਇਹੋ ਜੀ ਖੱਚ ਮਾਰਨਾ ਆਏ ਦਿਨ ਕੋਈ ਨਾ ਕੋਈ ਉਹ ਵੀ ਹੁਣ ਮੰਨ ਗਿਆ ਪਿਛਲੇ ਬਿਆਨ ਤੋਂ ਕੰਮ ਜਿਹੜਾ ਉਹ ਮੰਨ ਗਿਆ ਕਿ ਮੈਂ ਗੱਲ ਗਲਤ ਕੀਤੀ ਸੀ ਇਹ ਗੱਲ درست ਨਹੀਂ ਸੀ ਇਮਰਾਨ ਖਾਨ ਦੇ ਵੌਲੰਟੀਅਰ ਨੇ ਮੀਨ ਵਾਕਈ ਉਦੋਂ ਫਾਲੋ ਕਰਦੇ ਨੇ ਲੋਕੀ ਤੇ ਉਹਦੇ ਵਾਕਈ ਚਾਉਣ ਵਾਲੇ ਨੇ ਜਿਹੜੇ ਇਹ ਟ੍ਰੈਂਡ ਬਣਾਉਂਦੇ ਨੇ ਕੋਈ ਰੁਪਏ ਪੈਸੇ ਦੇਣ ਵਾਲਾ ਕੰਮ ਨਹੀਂ ਹੈਗਾ ਹੁਣ ਆਨੇ ਨਵੀਂ ਗੱਲ ਜਿਹੜੀ ਜੈਦਾਜੀ ਨੇ ਕਹੀ ਹੈ ਕਿ ਨੌਨ ਲੀਗ ਵਾਲਿਆਂ ਕੋਲ ਤਜਰਬੇਕਾਰ ਲੋਗ ਨੇ ਤੇ ਪੀਟੀਆਈ ਕੋਲ ਤਜਰਬੇਕਾਰ ਨਹੀਂ ਹੁਣ ਇਹ ਤੁਹਾਨੂੰ ਸੁਣ ਕੇ ਹੀ ਸਮਝ ਆ ਗਈ ਹੈ ਕਿ ਜੈਦਾਜੀ ਨੇ ਫੇਰ ਖੱਚ ਮਾਰ ਦਿੱਤੀ ਉਹਦੀ ਉਹਦੀ ਵਜ੍ਹਾ ਕੀ ਹੈ ਉਹਦੀ ਵਜ੍ਹਾ ਇਹ ਕਿ ਜਿਹੜੀ ਸਾਡੀ ਬਾਜੀ ਮਰੀਆ ਮੈਂ ਉਹਨੇ ਤੇ ਕਦੇ ਇੱਕ ਦਿਨ ਕਿਤੇ ਕੰਮ ਨਹੀਂ ਕੀਤਾ ਕਿਤੇ ਬਾਜੀ ਮਰੀਆ ਨੇ ਹੋਵੇ ਨਾ ਕਿਤੇ ਕਲਰਕ ਦੀ ਨੌਕਰੀ ਕੀਤੀ ਹੋਵੇ ਕਿਤੇ ਇੱਕ ਦਿਨ ਕੋਈ ਨੌਕਰੀ ਕੋਈ ਕੰਮ ਨਹੀਂ ਕੀਤਾ ਬਾਜੀ ਦੇ ਕੋਲ ਤੇ ਕੋਈ ਤਜਰਬਾ ਨਹੀਂ ਹੈਗਾ ਸੋ ਆਈ ਵੀਡੀਓ ਸ਼ੀਡਿਓ ਲੋਕਾਂ ਦੀਆਂ ਇਕੱਠੀਆਂ ਕਰਕੇ ਤੇ ਉਹਨਾਂ ਨੂੰ ਧਮਕੀਆਂ ਸ਼ਮਕੀਆਂ ਲਾਉਣ ਦੀ ਕਿ ਤੇਰੀ ਵੀਡੀਓ ਕੱਢ ਦੇਾਂਗੇ ਤੇ ਤੇਰੀ ਕੱਢ ਦੇਾਂਗੇ ਤੇ ਤੇਰੀ ਫਲਾਨੀ ਵੀਡੀਓ ਹੈ ਤੇ ਤੇਰੀ ਫਲਾਨੀ ਵੀਡੀਓ ਇਸ ਤੋਂ ਇਲਾਵਾ ਤੇ ਬਾਜੀ ਦਾ ਕੋਈ ਤਜਰਬਾ ਨਹੀਂ ਹੈਗਾ ਜਾਂ ਲੋਕਾਂ ਨੂੰ ਗਾਲ੍ਹਾਂ ਮੰਦਾ ਕਰਨ ਦਾ ਤਜਰਬਾ ਹੈ ਹੋਰ ਤੇ ਕੋਈ ਤਜਰਬਾ ਬਾਜੀ ਕੋਲ ਨਹੀਂ ਹੈਗਾ ਤੇ ਜਿਹਦਾ ਜੀ ਜਿਸ ਵੇਲੇ ਬਿਆਨ ਦੇ ਰਹੇ ਸਨ ਤੇ ਉਹਨਾਂ ਨੂੰ ਚੀਫ ਮਿਨਿਸਟਰ ਪੰਜਾਬ ਤੇ ਨਜ਼ਰ ਆ ਰਹੀ ਸੀ ਸਾਹਮਣੇ ਥੋੜੀ Thief Minister ਹੈ ਚੀਫ ਮਿਨਿਸਟਰ ਤੇ ਉਹ ਹੈ ਨਹੀਂ ਕਿਉਂਕਿ ਚੋਰੀ ਦੇ ਵੋਟਾਂ ਨਾਲ ਆਈ ਹੈ ਬਾਜੀ ਉਹ ਥੀਵ ਮਨਿਸਟਰ ਸਾਹਿਬ ਨੂੰ ਪਾਸੇ ਤੇ ਰੱਖ ਕੇ ਜੈਦਾ ਜੀ ਸਿਰਫ ਔਰ ਸਿਰਫ تنਕੀਦ ਕਰ ਰਹੇ ਨੇ ਪੀਟੀਆਈ ਦੇ ਉੱਤੇ ਹੁਣ ਅਗਰ ਸੋਸ਼ਲ ਮੀਡੀਆ ਨਾ ਹੋਵੇ ਤੇ ਜੈਦਾ ਜੀ ਨੇ ਟੀਵੀ ਦੇ ਉੱਤੇ ਆਪਣਾ ਕੰਮ ਪਾਇਆ ਨਾਲ ਉਹਨਾਂ ਕਾਲਮ ਲਿਖ ਕੇ ਤੇ ਆਪਣਾ ਕੰਮ ਉਹਨਾਂ ਸਿੱਧਾ ਕੀਤਾ ਆਪਣੇ ਨੋਟ ਖਰੇ ਕੀਤੇ ਨੋਟ ਖਰੇ ਕਰਨ ਦਾ ਮਤਲਬ ਪ੍ਰੋਗਰਾਮ ਕਰਨ ਦੇ ਵੀ ਪੈਸੇ ਲੱਭਦੇ ਹੀ ਨੇ ਨਾ ਉਹਨਾਂ ਨੂੰ ਤਨਖਾਹ ਲੱਭਦੀ ਕਾਲਮ ਲਿਖਣ ਦੇ ਵੀ ਤੇ ਨਾਲ ਉਹਨਾਂ ਨੂੰ ਥਾਪੀ ਵੀ ਲੱਗੇਗੀ ਨੌਨ ਲੀਗ ਤੋਂ ਤੇ ਹੋਰ ਵੀ ਹੋ ਸਕਦਾ ਕੋਈ ਰੂਹ ਅਫਜ਼ਾ ਸ਼ੂਹ ਅਫਜ਼ਾ ਕੋਈ ਹੋਰ ਦਵਾਈ ਸ਼ੁਆਈ ਕੋਈ ਹੋਰ ਕੁਸ਼ਤਾ ਸ਼ੁਸ਼ਤਾ ਉਹਨਾਂ ਨੂੰ ਨੌਨ ਲੀਗ ਕੋਲੋਂ ਲੱਭ ਜਾਏ ਤੇ ਤਾਕਤ ਉਹਨਾਂ ਦੀ ਠੀਕ ਹੋ ਜਾਏ ਤੇ ਹੁਣ ਜਿਹਦਾ ਜੀ ਇਹਨੇ ਆਪਣਾ ਕੰਮ ਕਰ ਲਿਆ ਸਿੱਧਾ ਹੁਣ ਜੇ ਸੋਸ਼ਲ ਮੀਡੀਆ ਨਾ ਹੋਵੇ 1 ਮਿੰਟ ਵਾਸਤੇ ਸੋਚਨੇ ਤੇ ਪਬਲਿਕ ਕੀ ਕਰੇਗੀ ਇਸ ਝੂਠ ਦਾ ਆਪਣੇ ਘਰ ਬਹਿ ਕੇ ਜੇਦਾਜੀ ਨੂੰ ਜਿਹੜਾ ਵੀ ਆਪਣਾ ਉਥੋਂ ਖਰਾਜ ਤਹਿਸੀਨ ਔਰ ਖਰਾਜ عقیدਤ ਭੇਜਣਗੇ ਘਰਾਂ ਦੇ ਵਿੱਚ ਬੈਠਕਾਂ 'ਚ ਬੈਠੇ ਮੰਜੀਆਂ-ਮੰਜੀਆਂ ਤੇ ਲੱਗ ਤੇ ਸਾਰਿਆਂ ਨੂੰ ਪਤਾ ਗਿਆ ਸੁਣ ਕੇ ਵੀ ਜੇਦਾਜੀ ਨੇ ਖੱਚ ਮਾਰੀ ਏ ਉਸ ਖੱਚ ਦੇ ਉੱਤੇ ਪਿੰਡਾਂ 'ਚ ਆਪਣਾ ਛੋਟੇ ਲੈਵਲ ਤੇ ਤਵਾਦਲਾ ਖਿਆਲ ਕਰਨਗੇ ਤੇ ਗੱਲ ਮੁੱਕ ਜੇਗੀ ਤੇ ਜੇਦਾਜੀ ਦੀ ਜਿਹੜੀ ਪੱਠੀ ਐ ਨਾ ਉਹ ਭਖੀ ਰਹੇਗੀ ਤੇ ਜੇਦਾਜੀ ਨੇ ਆਪਣਾ ਜਿਹੜਾ ਤਾੜ ਦੇ ਵਿੱਚ ਹੋਰ ਰੱਖਣਗੇ ਅੱਗ ਲਾ ਕੇ ਤੇ ਇਹੋ ਜਿਹੀਆਂ ਗੱਲਾਂ ਕਰਦੇ ਰਹਿਣਗੇ ਪਰ ਸੋਸ਼ਲ ਮੀਡੀਆ ਨੇ ਕੀ ਕੀਤਾ ਸੋਸ਼ਲ ਮੀਡੀਆ ਤੁਹਾਡੇ ਆਸ ਵਿੱਚ ਤਾਕਤ ਦਿੰਦੀ ਹੈ ਜਿਹੜਾ ਫੋਨ ਹੈ ਨਾ ਐ ਸ਼ੀਸ਼ੇ ਵਾਲਾ ਸਕਰੀਨ ਵਾਲਾ ਜਿਹੜਾ ਤੁਹਾਡੇ ਹੱਥ 'ਚ ਹੈ ਇਹਦੇ ਨਾਲ ਬੰਦੇ ਫਿਰ ਲਿੱਤਰ ਪੌਲਾ ਕਰਦੇ ਨੇ ਤੇ ਹੁਣ ਉਸ ਫੋਨ ਤੇ ਬੰਦਾ ਉਰਦੂ ਨਾਲ ਵੀ ਲਿਖ ਸਕਦਾ ਤੁਹਾਨੂੰ ਪਤਾ ਅੰਗਰੇਜ਼ੀ 'ਚ ਲਿੱਤਰ ਪੌਲਾ ਕਰਨ ਦਾ ਉਹ ਸਵਾਦ ਨਹੀਂ ਜਿਹੜਾ ਉਰਦੂ 'ਚ ਤੇ ਜਿਹੜਾ ਸਵਾਦ ਪੰਜਾਬੀ 'ਚ ਹੈ ਉਹਦੀ ਗੱਲ ਹੀ ਕੋਈ ਨਹੀਂ ਲੋਕੀ ਹੁਣ ਪੰਜਾਬੀ 'ਚ ਵੀ ਲਿੱਤਰ ਪੌਲਾ ਕਰਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਤੇ ਉਰਦੂ 'ਚ ਵੀ ਕਰਦੇ ਨੇ ਉਸ ਲਿੱਤਰ ਪੌਲੇ ਦਾ ਅਸਰ ਇਹ ਹੋਇਆ ਕਿ ਜਿਵੇਂ ਜੈਦਾਜੀ ਨੇ ਪਹਿਲੀ ਆਪਣੀ ਸਟੇਟਮੈਂਟ ਚ ਚੇਂਜ ਕੀਤੀ ਇੱਥੇ ਵੀ ਲਿੱਤਰ ਪੌਲਾ ਕਰੋਗੇ ਤੇ ਇਹ ਵੀ ਚ ਇੱਕ ਤੇ ਇਹ ਚੇਂਜ ਕਰਨਾ ਸ਼ੁਰੂ ਹੋ ਗਏ ਨੇ ਇੱਕ ਬੜੇ ਸਾਰੇ ਬੰਦੇ ਜਿਹਦਾ ਜੀ ਤੇ ਐਡਾ ਖਿਆਲ ਨਹੀਂ ਕਰਦੇ ਉਹ ਤੁਸੀਂ ਵਾਟਰਪਰੂਫ ਘੜੀਆਂ ਸੁਣੀਆਂ ਹੋਣਗੀਆਂ ਜਿਹਦਾ ਜੀ ਸਾਡੇ ਜਿਹੜੇ ਨੇ ਜ਼ਰਾ ਥੋੜੇ ਜੇ ਪ੍ਰੂਫ ਨੇ ਤੇ ਜਿਹਦਾ ਜੀ ਤੇ ਖਿਆਲ ਨਹੀਂ ਕਰਦੇ ਪਰ ਬੜੇ ਸਾਰੇ ਹੋਰ ਮੰਨੇ ਪਰ ਮੰਨੇ ਜਿਹੜੇ ਸਾਇੰਸਦਾਨ ਨੇ ਨਾ ਇਹ ਇਹ ਜਿਹੜੇ ਸਾਡੀ ਜਿਹਨੂੰ ਅਸੀਂ ਲਫਾਫਾ ਸਾਫਤਾਖ ਦੇਨੇ ਉਹਦੇ ਉਹ ਹੁਣ ਇਸ ਚਤਰੋਲ ਦੀ ਵਜ੍ਹਾ ਤੋਂ ਜ਼ਰਾ ਐ ਖਚਾਂ ਘੱਟ ਮਾਰਦੇ ਨੇ ਝੂਠੀਆਂ ਖਬਰਾਂ ਘੱਟ ਫੈਲਾਉਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਸਾਡੀ ਚਤਰੋਲ ਹੋ ਜਾਣੀ ਹੈ ਇੱਕ ਤੇ ਤੁਸੀਂ ਜਿਹੜਾ ਠੱਲ ਪਾਈਏ ਸਾਰੇ ਕੰਮ ਨੂੰ ਮਤਲਬ ਤੁਹਾਨੂੰ ਹਜੇ ਵੀ ਤਕਲੀਫ ਹੈ ਮੈਨੂੰ ਪਤਾ ਹੈ ਆਮ ਲੋਕੀ ਇਹ ਸਮਝਦੇ ਨੇ ਵੀ ਯਾਰੇ ਲੋਕੀ ਇੰਨਾ ਝੂਠ ਮਾਰਦੇ ਨੇ ਲਫਾਫਾ ਸਾਫੀ ਜਿਹੜੇ ਨੇ ਐਡੀਆਂ ਝੂਠੀਆਂ ਖਬਰਾਂ ਛੱਡਦੇ ਨੇ ਪਰ ਯਕੀਨ ਕਰੋ ਕਿ ਅਗਰ ਤੁਸੀਂ ਇਹ ਤੁਹਾਡੇ ਕੋਲ ਸੋਸ਼ਲ ਮੀਡੀਆ ਨਾ ਹੁੰਦਾ ਤੇ ਜਿੱਡੀ ਤੁਸੀਂ ਠੱਲ ਪਾਈ ਹੈ ਨਾ ਲਿੱਤਰਪੌਲਾ ਸੋਸ਼ਲ ਮੀਡੀਆ ਤੇ ਕਰਕੇ ਅਗਰ ਇਹ ਤੁਸੀਂ ਨਾ ਪਾਈ ਹੁੰਦੀ ਠੱਲ ਤੇ ਇਹਨਾਂ ਨੇ ਇੰਨਾ ਗੰਦ ਪਾਉਣਾ ਸੀ ਇਹਨਾਂ ਦੋਸਤਾਂ ਨੇ ਕਿ ਤੁਹਾਡੀ ਸੋਚ ਹੈ ਇਹ ਹਜੇ ਬੜਾ ਕੰਟਰੋਲ ਜਿਆ ਇਸ ਵੇਲੇ ਔਰ ਇਹ ਹੁਣ ਜੇਦਾਜੀ ਦੀ ਜਿਹੜੀ ਨਵੀਂ ਸਟੇਟਮੈਂਟ ਉਹਨੂੰ ਅਗਰ ਇੰਟਰਨੈਸ਼ਨਲ ਵੀ ਵੇਖੋ ਤੇ ਓਬਾਮਾ ਸਾਹਿਬ ਪਹਿਲੀ ਵਾਰੀ ਜਦੋਂ ਸੈਨੇਟਰ ਬਣੇ ਸਨ ਤਾਂ ਉਸ ਤੋਂ ਪਹਿਲਾਂ ਇੱਕ ਪ੍ਰੋਫੈਸਰ ਸਨ ਯੂਨੀਵਰਸਿਟੀ 'ਚ ਉਹਨਾਂ ਦੇ ਕੋਲ ਵੀ ਕੋਈ ਸੈਨੇਟਰ ਬਣਨ ਦਾ ਤਜਰਬਾ ਨਹੀਂ ਸੀ ਹੁਣ ਪਤਾ ਨਹੀਂ ਜੇਦਾਜੀ ਨੇ ਨੂਨ ਲੀਗ ਵਾਲੇ ਕਿਹੜੇ ਵੇਖੇ ਨੇ ਜਿਹੜੇ ਜਮਾਂਦਰੂ ਮੂੰਹ ਦੇ ਵਿੱਚ ਫੀਡਰ ਨਹੀਂ ਸੀ ਹੈਗਾ ਬਲਕਿ ਸੈਨੇਟ ਦੇ ਵਿੱਚ ਤਕਰੀਰ ਕਰਨ ਦੇ ਸਨ ਜਮ੍ਹਾਂ ਹੀ ਐਮਪੀ ਐਸ ਹਨ ਜਮ੍ਹਾਂ ਹੀ ਐਮਐਨਏ ਸਨ ਸਾਨੂੰ ਇਸ ਗੱਲ ਦਾ ਨਹੀਂ ਪਤਾ ਵੀ ਰਾਣਾ ਸਨਾਉਲਾ ਸਾਹਿਬ ਜਾਂ ਦੂਸਰੇ ਬੰਦੇ ਜਿਹੜੇ ਐ ਉਹਨਾਂ ਜਿਹੜਾ ਆਪਣਾ ਲੰਗੋਟ ਨੇ ਹੋਣ ਤੋਂ ਪਹਿਲਾਂ ਹੀ ਉਹਨਾਂ ਹਲਫ਼ ਚੁੱਕ ਲਿਆ ਸੀ ਕੌਮੀ ਅਸੈਂਬਲੀ ਦਾ ਤੇ ਸੈਨੇਟ ਦਾ ਉਹ ਤਜਰਬੇਕਾਰ ਸਨ ਜ਼ਾਹਿਰ ਹੈ ਜਿਹੜੇ ਬੰਦੇ ਵੀ ਪਹਿਲੀ ਵਾਰੀ ਮੈਂਬਰ ਬਣਦੇ ਨੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਕਾਬਲੀਅਤ ਹੁੰਦੀ ਜਿਹਦੀ ਵਜ੍ਹਾ ਤੋਂ ਪਾਰਟੀ ਉਹਨਾਂ ਨੂੰ ਟਿਕਟ ਦਿੰਦੀ ਹੈ ਉਸ ਤੋਂ ਬਾਅਦ ਉਹ ਮੈਂਬਰ ਬਣਦੇ ਤੇ ਉਹਨਾਂ ਦਾ ਤਜਰਬਾ ਬਣਨਾ ਸ਼ੁਰੂ ਹੋ ਜਾਂਦਾ ਜਿਵੇਂ ਮੈਂ ਤੁਹਾਨੂੰ ਬਾਵਮਾ ਦੀ ਮਿਸਾਲ ਦਿੱਤੀ ਕਿ ਪਹਿਲੀ ਵਾਰੀ ਉਹ ਸੈਨੇਟਰ ਬਣਿਆ ਤੇ ਦੂਜੀ ਵਾਰੀ ਉਹ ਸਦਰ ਬਣ ਗਿਆ ਤੇ ਜਦੋਂ ਉਹ ਸੈਨੇਟਰ ਬਣਿਆ ਉਸ ਤੋਂ ਪਹਿਲਾਂ ਤੇ ਉਹ ਸੈਨੇਟਰ ਨਹੀਂ ਸੀ ਹੈਗਾ ਤੇ ਇਹ ਸੋਸ਼ਲ ਮੀਡੀਆ ਤੋਂ ਇਹ ਜਿਹੜੇ ਸਾਰੇ ਤੰਗ ਨੇ ਨਾ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਉਹ ਤੇ ਖਬਰਾਂ ਸਾਹਮਣੇ ਨਹੀਂ ਲਿਆਉਣਾ ਚਾਹੁੰਦੇ ਜਾਂ ਫਿਰ ਆਪਣਾ ਜਿਹੜਾ ਧਤੂਰਾ ਛੱਡਦੇ ਨੇ ਇੰਜ ਝੂਠ ਵਾਲਾ ਜੇਦਾ ਸਾਹਬ ਦੇ ਕੋਲੋਂ ਜਾਂ ਕਿਸੇ ਹੋਰ ਕੋਲੋਂ ਔਰ ਪਹਿਲਾਂ ਉਹ ਚੱਲ ਜਾਂਦਾ ਸੀ ਕਿਉਂਕਿ ਆਵਾਮ ਦੇ ਕੋਲ ਕੋਈ ਚੀਜ਼ ਨਹੀਂ ਸੀ ਹੈਗੀ ਉਹਨੂੰ ਕਾਊਂਟਰ ਕਰਨ ਦੀ ਹੁਣ ਸੋਸ਼ਲ ਮੀਡੀਆ ਤੇ ਲਿੱਤਰ ਪੌਲਾ ਹੁੰਦਾ ਤੇ ਇਹਨਾਂ ਦੇ ਕੋਲੋਂ ਇਹ ਜਿਹੜਾ ਵਿਚਮਾਲ ਹੈ ਛੱਡਿਆ ਨਹੀਂ ਜਾਂਦਾ ਝੂਠ ਵਾਲਾ ਜਾਂ ਖਬਰਾਂ ਜਿਵੇਂ ਹੁਣ ਬੈਰੀ ਜਹਾਜ਼ ਜਿਹੜਾ ਪਾਕਿਸਤਾਨ ਸਮਾਨ ਲੈ ਕੇ ਆ ਰਿਹਾ ਸੀ ਚੀਨ ਦਾ ਉਹਨੂੰ ਡੱਕ ਲਿਆ ਹਿੰਦੁਸਤਾਨ ਨੇ ਫੜ ਲਿਆ ਹੈ ਇਹ ਪਿੰਡਾਂ 'ਚ ਵੀ ਕਿਸੇ ਦਾ ਕੋਈ ਗੱਡਾ ਡੱਕ ਲੈਣਾ ਤੇ ਤੁਹਾਨੂੰ ਪਤਾ ਫਿਰ ਚੰਗੋ ਜਦਲ ਹੋ ਜਾਂਦਾ ਹੈ ਇਹ ਤੇ ਦੋ ਮੁਲਕਾਂ ਦੀ ਗੱਲ ਹੈ ਐਟਮੀ ਤਾਕਤ ਵਾਲਾ ਮੁਲਕ ਹੈ ਪਾਕਿਸਤਾਨ ਪਰ ਹਿੰਦੁਸਤਾਨ ਨੇ ਬਦਮਾਸ਼ੀ ਕੀਤੀ ਹੈ ਖੁੱਲੀ ਤੇ ਬਦਮਾਸ਼ੀ ਐਵੇਂ ਹੀ ਤੇ ਨਹੀਂ ਕੀਤੀ ਸਾਡੀ ਕੋਈ ਨਾ ਕੋਈ ਕਮਜ਼ੋਰੀ ਹੋਏਗੀ ਨਾ ਉਹਨਾਂ ਨੂੰ ਨਜ਼ਰ ਆਉਂਦਾ ਹੋਵੇਗਾ ਵੀ ਇਹਨਾਂ ਦੇ ਪੱਲੇ ਕੁਝ ਨਹੀਂ ਇਹਨਾਂ ਦੇ ਦਾਣੇ ਮੁੱਕ ਗਏ ਨੇ ਤੇ ਉਹਨਾਂ ਜਿਹੜੇ ਸਾਡੇ ਹਾਲਾਤ ਵੇਖੇ ਨੇ ਉਹਨਾਂ ਬੈਰੀ ਇਜਾਜ਼ ਆਉਂਦਾ ਹੋਇਆ ਡੱਕ ਲਿਆ ਪਾਕਿਸਤਾਨ ਨੂੰ ਔਰ ਆਖਿਆ ਦੇ ਜਿਹੜਾ ਸਮਾਨ ਹੈ ਉਹ ਪਾਕਿਸਤਾਨ ਨੇ ਐਟਮ ਬੰਬ ਵਾਲੇ ਕੰਮ ਚ ਕਿਤੇ ਇਸਤੇਮਾਲ ਕਰਨਾ ਸੀ ਇਹ ਰਿਪੋਰਟਡਲੀ ਆਖਿਆ ਜਾ ਰਿਹਾ ਮਬਈਨਾ ਤੌਰ ਤੇ ਇਸ ਲਈ ਉਹਨਾਂ ਡੱਕ ਲਿਆ ਤੇ ਸਮਾਨ ਵੀ ਕਬਜ਼ੇ ਚ ਕਰ ਲਿਆ ਇਸ ਤੋਂ ਪਹਿਲਾਂ ਇੱਕ ਹਿੰਦੁਸਤਾਨ ਦਾ ਮਜ਼ਾਇਲ ਇਹੋ ਜਿਹਾ ਮਜ਼ਾਇਲ ਜਿਹਦੇ ਉੱਤੇ ਐਟਮ ਬੰਬ ਰੱਖ ਕੇ ਸੁੱਟਿਆ ਜਾਂਦਾ ਉਹਨਾਂ ਖਾਲੀ ਮਜ਼ਾਇਲ ਨਾ ਐਟਮ ਬੰਬ ਤੋਂ ਵਗੈਰ ਹੈ ਖਾਲੀ ਮਜ਼ਾਇਲ ਹੈ ਮੀਆਂ ਚੰਨੂ ਸੁੱਟ ਦਿੱਤਾ ਤੇ ਜਿਸ ਵੇਲੇ ਦੁਨੀਆ ਪੁੱਛਿਆ ਉਹਨਾਂ ਨੂੰ ਕਿ ਭਈ ਆ ਕੀ ਹੋਇਆ ਤੋ ਨਾ ਕਿ ਐਵੇਂ ਹੀ ਮੋਬਾਈਲ ਜਿਹੜਾ ਨਾ ਰਾਹ ਭੁੱਲ ਕੇ ਉੱਥੇ ਜਾ ਕੇ ਗਲਤੀ ਨਾਲ ਡਿੱਗ ਗਿਆ ਤੁਹਾਨੂੰ ਲੱਗ ਰਿਹਾ ਕਿ ਮੈਂ ਸ਼ੂਅਲ ਕਰ ਰਿਹਾ ਉਹਨਾਂ ਸੱਚੀਏ ਗੱਲ ਆਖੀ ਵੀ ਗਲਤੀ ਨਾਲ ਮੋਬਾਈਲ ਉੱਥੇ ਡਿੱਗ ਗਿਆ ਹਾਲਾਂਕਿ ਉਹੜੇ ਮੋਬਾਈਲ ਨੇ ਉਹਨਾਂ ਦੇ ਵਿੱਚ ਕੰਪਿਊਟਰ ਦੀਆਂ ਚਿਪਾਂ ਲੱਗੀਆਂ ਹੁੰਦੀਆਂ ਨੇ ਮਤਲਬ ਸਿਸਟਮ ਲੱਗਾ ਕੰਪਿਊਟਰ ਦਾ ਇਹ ਹੋ ਜਿਆ ਜਿਹਦੇ ਨਾਲ ਗਲਤੀ ਨਹੀਂ ਹੋ ਸਕਦੀ ਔਰ ਉਹਨਾਂ ਦੇ ਉੱਤੇ ਐਟਮ ਬਮ ਰੱਖ ਕੇ ਬਿਲਕੁਲ ਸੂਈ ਦੇ ਨੱਕੇ ਤਰ੍ਹਾਂ ਜਿੱਥੇ ਸੁੱਟਣਾ ਹੋਵੇ ਉੱਥੇ ਡਿੱਗਦਾ ਉਹਨਾਂ ਉਸ ਵੇਲੇ ਮੋਬਾਈਲ ਸੁੱਟ ਕੇ ਪਰ ਸਾਡੇ ਦਾਣੇ ਮੁੱਕੇ ਨੇ ਅਸੀਂ ਉਦੋਂ ਵੀ ਚੁੱਪ ਰਹੇ ਤੇ ਹੁਣ ਉਹਨਾਂ ਜਹਾਜ਼ ਡੱਕ ਲਿਆ ਵਾਪਸ ਆਉਣੇ ਆਪਣੇ ਟੌਪਿਕ ਤੇ ਹੁਣ ਚੌਧਰੀ ਨਿਜ਼ਾਮਦੀਨ ਸਾਹਿਬ ਤੇ ਦੂਜੇ ਬੰਦੇ ਨਹੀਂ ਚਾਹੁੰਦੇ ਵੀ ਤੁਹਾਨੂੰ ਇਹ ਖਬਰਾਂ ਦਾ ਪਤਾ ਲੱਗੇ ਇਹ ਜਿਹੜਾ ਕਾਰਵਾਈ ਬਰੀਕ ਪੈ ਰਹੀ ਹੈ ਪੂਰੀ ਦੁਨੀਆ ਵੱਡਾ ਚੌਧਰੀ ਨਿਜ਼ਾਮਦੀਨ ਅਮਰੀਕਾ ਸਾਡੇ ਵਾਲਾ ਚੌਧਰੀ ਨਿਜ਼ਾਮਦੀਨ ਤੇ ਸਾਰੇ ਚਾਹੁੰਦੇ ਨੇ ਵੀ ਪਾਕਿਸਤਾਨ ਗੋਡੇ ਲਾ ਕੇ ਬਹਿ ਜਾਏ ਸਾਹਮਣੇ ਹਿੰਦੁਸਤਾਨ ਦੇ ਜਿਸਨਾਂ ਦੇ ਹੱਥ ਤੇ ਬਾਤ ਕਰ ਲੈ ਲੰਮਾ ਬਹਿ ਜਾਏ ਹਿੰਦੁਸਤਾਨ ਦੇ ਅੱਗੇ ਇਹ ਪੂਰਾ ਵੱਡਾ ਪਲਾਨ ਹੈ ਦੁਨੀਆ ਦਾ ਇਸ ਵਜ੍ਹਾ ਤੋਂ ਇਹ ਚਾਹੁੰਦੇ ਨਹੀਂ ਕਿ ਤੁਹਾਨੂੰ ਖਬਰਾਂ ਪਤਾ ਤੇ ਦੂਸਰਾ ਝੂਠੀਆਂ ਖਬਰਾਂ ਛੱਡਦੇ ਨੇ ਤੇ ਇਹ ਚਾਹੁੰਦੇ ਨਹੀਂ ਵੀ ਝੂਠੀਆਂ ਖਬਰਾਂ ਵਾਲਿਆਂ ਦਾ ਲਿੱਤਰ ਪੋਲਾ ਹੋਵੇ ਇਸ ਵਜ੍ਹਾ ਤੋਂ ਸੋਸ਼ਲ ਮੀਡੀਆ ਦੇ ਮਗਰ ਪਏ ਜੀ ਇਹ ਸੋਸ਼ਲ ਮੀਡੀਆ ਨਾ ਹੁੰਦਾ ਤੇ ਇੱਥੇ ਇੰਨਾ ਗੰਦ ਪਾਣਾ ਸੀ ਇਹਨਾਂ ਨੇ ਕਿ ਤੁਹਾਡੀ ਸੋਚ ਹੈ ਫੇਰ ਆਂਦੇ ਨੇ ਕਿ ਜੀ ਬਦਤਮੀਜ਼ੀ ਕਰਦੇ ਨੇ ਸੋਸ਼ਲ ਮੀਡੀਆ ਵਾਲੇ ਹੁਣ ਮੈਨੂੰ ਜਾਣਦੇ ਜਾਣਦੇ ਗੱਲ ਦੱਸੋ ਵੀ ਜਦੋਂ ਕੋ ਬੰਦਾ ਝੂਠ ਮਾਰੇ ਤੇ ਉਹਨੂੰ ਕੀ ਆਖੀਏ ਕੀ ਇਸ ਤਰ੍ਹਾਂ ਚਲੋ ਆ ਕੇ ਦੇਖ ਲੈਣੇ ਕਿ ਜੇਦਾ ਜੀ ਆਪ ਬਹੁਤ ਮੁਹਤਰਮ ਹੈ ਲੇਕਿਨ ਆਪਨੇ ਬਹੁਤ ਝੂਠ ਬੋਲਾ जेदा जी आपने बहुत आला पाई का झूठ बोला है जेदा जी आपने बहुत अदब वाला झूठ बोला है जेदा जी आप नहयत अदब के साथ आपके सामने अर्ज है नहयत अदब के साथ आपके सामने अर्ज है कि आप बहुत बड़े झूठे हैं ते ਹੁਣ ਮੇਰੇ ਨੂੰ ਦੱਸੋ ਕਿ ਇਸ ਤਰ੍ਹਾਂ ਗੱਲ ਕਰੀਏ ਉਹ ਬਈ ਅਦਬ ਨਾਲ ਵੀ ਆਖਾਂਗੇ ਆਖਣਾ ਤੇ ਤੁਹਾਨੂੰ ਝੂਠਾ ਹੀ ਪੈਣਾ ਨਾ ਅਦਬ ਨਾਲ ਆਖੀਏ ਜਾਂ ਪੰਜਾਬੀ ਚ ਆਖੀਏ ਆਖਣਾ ਤੇ ਝੂਠਾ ਹੀ ਪੈਣਾ ਨਾ ਜਾਂ ਤੁਹਾਨੂੰ ਅਦਬ ਦੇ ਵਿੱਚ ਝੂਠੇ ਨੂੰ ਸੱਚਾ ਆਖਣਾ ਸ਼ੁਰੂ ਕਰਦੀਏ ਤੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜੇ ਲੋਕ ਨੇ ਇਹ ਆਪਣਾ ਝੂਠ ਲਗਾਉਂਦੇ ਨੇ ਅਦਬ ਔਰ ਬੇਅਦਬੀ ਦੇ ਪਿੱਛੇ ਉਹ ਭਾਈ ਕਿਉਂ ਕੋਈ ਤੁਹਾਡਾ ਬੇਅਦਬੀ ਕਰੇ ਜੇ ਤੁਸੀਂ ਖਚਾ ਨਾ ਮਾਰੋ ਤੇ ਇਹ ਹੁਣ ਜਿਹੜੀ ਤੁਸੀਂ ਖਚ ਮਾਰੀ ਹੈ ਵੀ ਤਜਰਬਾ ਉਧਰ ਹੈ ਤੇ ਇੱਧਰ ਨਹੀਂ ਇਹ ਤੁਹਾਨੂੰ ਮਾਰਦੇ ਹੋ ਆ ਹੀ ਪਤਾ ਸੀ ਵੀ ਤੁਹਾਡਾ ਮੌਕੇ ਤੇ ਜੁਰਮਾਨਾ ਹੋਣਾ ਹੈ ਤੁਹਾਨੂੰ ਤੇ ਤੁਹਾਡੀ ਹੋਣੀ ਹੈ ਠੁਕਾਈ ਵੀ ਤੇ ਤਲਾਈ ਵੀ ਤੇ ਤੁਹਾਨੂੰ ਦੌਰ ਵੀ ਪਾਉਣੀ ਲੋਕਾਂ ਨੇ ਜਿਹੜੀ ਉਹ ਆਪਣਾ ਜ਼ਿੰਮੇਦਾਰ ਪਾਉਂਦੇ ਨੇ ਹਲ ਦੇ ਨਾਲ ਇਹ ਤੁਹਾਨੂੰ ਗੱਲ ਕਰਦਿਆਂ ਪਤਾ ਸੀ ਪਰ ਫੇਰ ਵੀ ਤੁਸੀਂ ਆਦਤ ਤੋਂ ਮਜਬੂਰ ਜੇ ਤੁਸੀਂ ਕੀਤੀ ਤੇ ਫਿਰ ਲੋਕਾਂ ਨੂੰ ਵੀ ਲਿੱਤਰ ਪੌਲਾ ਕਰਨ ਦਿਓ ਉਹਨਾਂ ਦੇ ਉੱਤੇ ਪਾਬੰਦੀ ਕਿਉਂ ਲਾ ਰਹੇ ਹੋ ਲਓ ਜੀ ਅੱਜ ਆਸਤੇ ਇੰਨਾ ਹੀ ਲੇਕਿਨ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਨੂੰ ਤਗੜਾ ਕਰੋ ਤੇ ਵੀਡੀਓ ਅੱਗੇ ਵੀ ਸ਼ੇਅਰ ਕਰੋ ਰੱਬ ਰਾਖਾ